ਹਾਂਜੀ ਅਸੀਂ ਹੁਣ ਰੂਮ ਚ ਪਹੁੰਚ ਗਏ। ਬਾ ਪੈ ਕੇ ਪਤਾ ਲੱਗਿਆ ਵੀ ਪਹੁੰਚ ਗਏ। ਆ ਮੁੰਡੇ ਨੇ ਗਿਫਟ ਦਿੱਤਾ ਬਰਥਡੇ ਦਾ ਆਪਣੀ ਦੀਦੀ ਨੂੰ, ਨਾਲ ਵੀ ਦਾ ਪੱਤਾ ਜਿੰਨੇ ਕੁ ਜੋਗਾ ਸੀਗਾ ਬਈ, ਹੁਣ ਉਹਦੇ ਲਈ ਤਾਂ ਵੀ ਉਹ ਬਹੁਤ ਨੇ ਨਾ ਵੀ। ਠੀਕ ਆ, ਇਹੀ ਵਟਸਐਪ ਤੇ। ਅੱਜ ਜੀ ਸਾਡੇ ਮੱਟੇ ਦਾ ਜਨਮ ਦਿਨ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੁਰੇ ਹੁਰੇ। ਲਓ ਬਈ ਚਮਚਾ ਦਿਓ, ਪਹਿਲਾਂ ਮੈਂ ਪਤਾ ਨੂੰ ਖਵਾਵਾਂ। ਮੇਰੇ ਭਾਈ ਨੂੰ ਸਭ ਤੋਂ ਵੱਧ ਐਕਸਾਈਟਮੈਂਟ ਸੀ ਮੇਰੇ ਬਰਥਡੇ ਦੀ। ਮੰਮਾ ਪਲਾਸਟਿਕ ਦੀਆਂ ਪਾਣੀਆਂ ਦੀਆਂ ਚਮਚੇ ਦਾ ਨਹੀਂ, ਤੁਸੀਂ ਕਿਹੜਾ ਚਮਚਾ ਚਾਹੀਦਾ? ਤੁਸੀਂ ਹੋ ਗਿਆ ਜੀ ਚਮਚੇ ਦਾ ਕੰਨ। ਤੇ ਸਿੱਕ ਮੈਂ ਦਿੱਤਾ ਬੈਗ ਚੋਂ ਕੱਢ ਕੇ। ਲਓ ਜੀ ਹਰਲੀਨ ਦਾ ਹੈਪੀ ਬਰਥਡੇ ਸੈਲੀਬ੍ਰੇਟ ਕਰਿਆ ਸੀ ਨੇ ਹਜ਼ੂਰ ਸਾਹਿਬ। ਸਪੈਸ਼ਲ ਬਰਥਡੇ ਹਰਲੀਨ ਦਾ ਹੈ। ਸਵਾਦ ਹੈ ਵੀ ਉਹ ਗੁਰਫਤ ਨਾਲ ਲੱਗੇ ਹੋਏ ਨੇ ਜਿਹੜੇ ਉਹਦੇ, ਹਨਾ। ਬਾਟੇ ਦਾ ਤੇਰਾ, ਤੂੰ ਇਹਨਾਂ ਨੂੰ ਖਿਲਾਈ ਚੱਲ ਹੈ। ਬੈਠੇ ਬੈਠੇ ਹੀ ਵਧਾ ਤਾ ਰੇਟ। ਕਿਹਨਾਂ ਦੀਆਂ? ਤੁਹਾਡੀਆਂ ਆਪਣੀਆਂ। ਉਹਨੇ ਲਾਇਆ ਹੋਇਆ ਮੰਮੀ ਨੂੰ ਵੀਡੀਓ ਕਾਲ ਕਮਲੀ ਨੇ। ਕਿਉਂ ਹੋਰ ਕੀ ਆ? ਖਾ ਲੋ ਸਭ ਤੋਂ ਪਹਿਲਾਂ ਫਤਿਹ ਦਾ ਗਿਫਟ ਦਿਖਾ ਦੇ। ਹੈ ਉਹ
ਦੇਖਿਆ ਮੈਂ ਕਿਹਾ ਹੀ ਸੀ ਮੈਨੂੰ ਲੱਗਿਆ ਹੀ ਸੀ ਕੀ ਮਿਲਿਆ ਘੜੀ ਮਿਲੀ ਹੈ ਬਾਈ ਵਾਹ ਕਿਆ ਖੈਰੀ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਫਤਿਹ ਦੀ ਭੈਣ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਲੈ ਮੈਂ ਕਰਾਂ ਓਪਨ ਗਿਫਟ ਨਹੀਂ ਓਪਨ ਹੋ ਰਿਹਾ ਜੀ ਇੰਨੇ ਬੰਦੇ ਲੱਗੇ ਨੇ ਮੇਰੀ ਕੇਕ ਨਾਲ ਫੋਟੋ ਤਾਂ ਖਿੱਚ ਦਿੰਦਾ ਕੋਈ ਕੇਕ ਤਾਂ ਹੁਣ ਗਿਆ ਕੇਕ ਦੀ ਵੀ ਨਹੀਂ ਖਿੱਚੀ ਕੇਕ ਨਾਲ ਤਾਂ ਦੂਰ ਦੀ ਗੱਲ ਹੁਣ ਇੱਕ ਬੰਦਾ ਹੋਰ ਭੇਜੀਏ ਖੁੱਲ ਜੂ ਮਾਮਾ ਕਾਮਯਾਬ ਹੈ ਇਦਾਂ ਦਿਖਾਈ ਹਰਲੀ ਨੇ ਪਤਾ ਕਹਿੰਦਾ ਤਾਂ ਸਾਰੀ ਖੁੱਲੀ ਪਈ ਆ ਉਹ ਪਾ ਹੋਊਗੀ ਪਤਾ ਚਾਰਜ ਨਹੀਂ ਹੈ ਔਨ ਕਰਨੀ ਪਊਗੀ ਤੂੰ ਆਪਣਾ ਕਰ ਪੰਮੂ ਕਰਦਾ ਤਾਂ ਉਹਨੂੰ ਮੂੰਹ ਸਾਫ਼ ਕਰਕੇ ਕਹੇਗਾ ਹਲੋ ਜੀ ਕੇਕ ਦਾ ਮਰਡਰ ਕਰਨ ਤੋਂ ਬਾਅਦ ਬਾਡੀ ਦਾ ਵੀ ਸੰਸਕਾਰ ਫਟਾਫਟ ਕਰ ਦਿੱਤਾ ਹੈ ਟਾਈਮ ਨਹੀਂ ਲਾਇਆ ਜੀ ਦਰਵਿੰਦਰ ਪੋਸਟਮਾਰਟਮ ਕਰ ਰਿਹਾ ਆ ਦੇਖੋ ਕਿਵੇਂ ਚਿੰਬੜੇ ਪਏ ਨੇ ਬੰਦੇ ਵੀ ਕਿਹੜੇ ਕਿਹੜੇ ਅੰਗ ਦੇ ਲੋਟ ਨੇ 12 ਵਜੇ ਕੋਈ ਲੋਟ ਨਹੀਂ ਹੈਗਾ ਅਧੇ ਹੁੰਦਾ ਚਮਚ ਨਹੀਂ ਮੇਰੇ ਹੱਥਾਂ ਨਾਲ ਹੀ ਲੱਗਿਆ ਹੋਇਆ ਇੱਕ ਜਣਾ ਦੇਖ ਮਟੋ ਨਾਈਫ ਨਾਲ ਲੱਗਿਆ ਹੋਇਆ ਜਿਹਦੇ ਨੇ ਕੇਕ ਕੱਟਿਆ ਉਹਦੇ ਨਾਲ ਲੱਗਿਆ ਹੋਇਆ ਭਾਈ ਆਪਣੀ ਜੀਬ ਜੂ ਨਾ ਕਟਾ ਲਈ ਉਹ ਮੇਰੇ ਨਹੀਂ ਹੁੰਦੀ ਤਾਂ ਹੀ ਅਸੀਂ ਪਲਾਸਟਿਕ ਦਾ ਲਿਆਂਦਾ ਕੰਮ ਵਾਸਤੇ ਜੀਬ ਨਹੀਂ ਕੱਟ ਹੁੰਦੀ ਲੁਤਰੋ ਤਾਂ ਬਹੁਤ ਲੰਬੀ ਆ ਗਿਆ ਇਹ ਕਿੱਥੇ ਕੱਟ ਹੋ ਜਾਵੇ ਦੂਜੇ ਨੂੰ ਵੀ ਆਏ ਹਾਂਜੀ ਹੁਣ ਆਪਾਂ ਰੈਸਟ ਕਰਕੇ ਚੱਲਿਆ ਦੁਬਾਰਾ ਗੁਰਦੁਆਰਾ ਸਾਹਿਬ ਸੱਚਖੰਡ ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਮਾਰਕੀਟ ਗੁਰਦੁਆਰਾ ਸਾਹਿਬ ਦੇ ਲਾਗੇ ਜੋ ਮਾਰਕੀਟ ਬਣੀ ਹੋਈ ਆ ਅਤੇ ਬਣੇ ਰਹੋ ਤੁਸੀਂ ਸਾਡੀ ਵੀਡੀਓ ਨਾਲ ਇਹ ਆ ਜੀ ਹਜ਼ੂਰ ਸਾਹਿਬ ਦੀ ਮੇਨ ਮਾਰਕੀਟ ਦਰਬਾਰ ਸਾਹਿਬ ਨੂੰ ਜਾਂਦੇ ਸੀਗੇ ਜੀ ਮੱਥਾ ਟੇਕਣ ਅਤੇ ਮੌਸਮ ਹੋ ਗਿਆ ਬਹੁਤ ਖਰਾਬ ਬਾਰਿਸ਼ ਆ ਗਈ ਅਤੇ ਬਹੁਤ ਜ਼ਿਆਦਾ ਹਨੇਰੀ ਤੂਫਾਨ ਬਹੁਤ ਜ਼ਿਆ ਕਾਫੀ ਮੌਸਮ ਖਰਾਬ ਹੋ ਚੁੱਕਿਆ ਇੱਥੇ
ਵਾਹਿਗੁਰੂ। ਹੁਣ ਤਾਂ ਵਕਤ ਦੇ ਕਣਕਾਂ ਵੱਢਣੀਆਂ ਨੇ ਲੋਕਾਂ ਨੇ ਬਾਬਾ ਜੀ। ਸੱਚਖੰਡ ਦਾ ਜੀ ਹਜ਼ੂਰ ਸਾਹਿਬ ਦਾ ਰਾਤ ਦਾ ਵਿਊ ਆ ਇਹ। ਮੌਸਮ ਖਰਾਬ ਹੋ ਗਿਆ, ਬੱਦਲ ਕਾਫੀ ਹੋ ਗਿਆ। ਦੇਖੋ ਜੀ ਬਾਰਿਸ਼ ਆ ਗਈ ਆ, ਬਾਰਿਸ਼ ਆ ਗਈ ਜੀ ਬਹੁਤ ਜ਼ਿਆਦੇ। ਅਤੇ ਅਸੀਂ ਖੜ੍ਹੇ ਇੱਧਰ ਸੈੱਡ ਥੱਲੇ, ਹੋਰ ਬਹੁਤ ਜ਼ਿਆਦੇ ਬਾਰਿਸ਼, ਮੌਸਮ ਬਹੁਤ ਖਰਾਬ ਹੋ ਗਿਆ। ਲੈ ਵੀ ਇੱਥੇ ਖਾਧੇ ਇਹਨਾਂ ਨੇ ਗੋਲ ਗੱਪੇ, ਕਾਹਲੇ ਗੋਲ ਗੱਪੇ ਦੱਸ ਦੇ ਦੱਸ। ਇਹ ਆਪਣੇ ਨਾਲ ਨਹੀਂ ਸੀ ਇਹ ਮੁੰਡਾ,